बेगमपुरा शहर को नाओ, बेगमपुरा शहर को नाओ, दुख अंधो नहीं तखाओ, दुख अंधो नहीं तखाओ, बेगमपुरा शहर को जय गुरुदेव, तन गुरुदेव, गुरु प्यारी साध संग जियो, तन तन डेरा 108, संत बाबा हंसराज महाराज जी, श्री गुरु रविदास तीर्थ स्थान सचखंड पंडवा वालों श्री गुरु रविदास महाराज जी दे नाम नु समर्पित बेगमपुरा शहर को नाओ प्रोग्राम हर रोज सवेरे दिखाया जा रहा है। भारत दी ओ महान धरती जिथे अनेका ही संता महापुरशा ने संगता नु तारण लई समय समय अनुसार अवतार धारण कीता, जिस विच पंजाब दा प्रसिद्ध शहर फगवाड़ा है जो नेशनल हाईवे ते जलंधर अते लुधियाने दे विचकार पैंदा है। फगवाड़ा शहर तो लगभग 5-6 किलोमीटर दी दूरी ते है। ओ महान पिंड पंडवा स्थित है जिथे सन 1962 विच बाल ब्रह्मचारी तन तन 108 संत बाबा हंसराज महाराज जी ने माघ महीने दिन जेठा एतवार सवेरे 9 बजे पूजनीय माता दलीप कौर जी दी कुखों सत्कारयोग पिता प्रीतम दास जी दे घर अवतार धारण कीता। गुरु प्यारी साध संग जियो, 108 संत बाबा हंसराज महाराज जी बचपन विच ही साधु सुभा दे मालक सन। उन्हां ने बचपन विच ही अलौकिक करिश्मे करने शुरू कर दिते सन। अपने जीवन काल विच 108 संत बाबा हंसराज महाराज जी ने संगतां नूं सदियां दा उपदेश दिता। संगतां नूं नाम बाणी नाल जोड़दे होए 108 संत बाबा हंसराज महाराज जी 1969 ईस्वी नूं भादो दे जेठे एतवार नूं ज्योति जोत समा गए। ज्योति जोत समाउण तों बाद 108 संत बाबा हंसराज महाराज जी दे नाम ते सुंदर शोभनिक 7 मंजिला तप अस्थान उसारे गए हन, जिथे संगतां हर रोज आके नतमस्तक हुंदियां हन। 108 संत बाबा हंसराज महाराज जी दे तप अस्थान दे दर्शन करदियां हन। गुरु प्यारी साध संगत जीओ, इह डेरा श्री गुरु रविदास महाराज जी दी विचारधारा नूं समर्पित है, जिथे श्री गुरु रविदास महाराज जी दे मिशन दा प्रचार ते प्रसार कीता जांदा है। गुरु प्यारी साध संगत जीओ, 108 संत बाबा हंसराज महाराज जी ने अपने सेवक 108 संत महेंद्र पाल जी नाल वचन कीते सन कि एक दिन पंडवे दी धरती ते आपा संगतां दे सहयोग नाल गुरु रविदास महाराज जी दे नाम ते सरोवर जरूर बनाउणा है। संगतां दे सहयोग नाल 108 संत महेंद्र पाल जी अते 108 संत बीबी बिमला राणी जी दी रहनुमाई हेठ इस सरोवर दे नींह पत्थर 18 अगस्त 2002 नूं रखे गए ते 2 सालां दी निरंतर कार सेवा तो बाद 22 अगस्त 2004 नूं इस सरोवर तैयार करके
ਸੰਗਤਾਂ ਨੂੰ ਸਮਰਪਿਤ ਕੀਤੇ ਗਏ। ਇਸ ਸਰੋਵਰ ਵਿੱਚ 13 ਵੱਖ-ਵੱਖ ਇਤਿਹਾਸਕ ਤੀਰਥ ਸਥਾਨਾਂ ਤੋਂ ਅੰਮ੍ਰਿਤ ਕਲਸ਼ ਲਿਆ ਕੇ ਪਾਏ ਗਏ, ਜਿਸ ਕਰਕੇ ਸ੍ਰੀ ਗੁਰੂ ਰਵਿਦਾਸ ਸਰੋਵਰ ਨੂੰ 13 ਤੀਰਥ ਅਸਥਾਨਾਂ ਦਾ ਸੁਭਾਗ ਪ੍ਰਾਪਤ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਸਰੋਵਰ 'ਤੇ ਸ੍ਰੀ ਗੁਰੂ ਰਵਿਦਾਸ ਵਿਸਾਖੀ ਮਾਘੀ ਦੇ ਪਵਿੱਤਰ ਦਿਹਾੜੇ ਲੱਖਾਂ ਸੰਗਤਾਂ ਦੀ ਹਾਜ਼ਰੀ ਵਿੱਚ ਮਨਾਏ ਜਾਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਦੇ ਕਥਨ ਅਨੁਸਾਰ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਨੂੰ ਮੁੱਖ ਰੱਖਦੇ ਹੋਏ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਦੇ ਹੁਕਮ ਅਨੁਸਾਰ ਡੇਰੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਸ੍ਰੀ ਗੁਰੂ ਰਵਿਦਾਸ ਮਾਡਲ ਸਕੂਲ ਵੀ ਚਲਾਏ ਜਾ ਰਹੇ ਹਨ, ਜਿਸ ਵਿੱਚ ਇਲਾਕੇ ਭਰ ਤੋਂ ਬੱਚੇ ਚੰਗੀ ਵਿਦਿਆ ਪ੍ਰਾਪਤ ਕਰਨ ਲਈ ਆਉਂਦੇ ਹਨ ਅਤੇ ਆਪਣੇ ਭਵਿੱਖ ਨੂੰ ਉਜਾਲਾ ਕਰ ਰਹੇ ਹਨ। ਇਸ ਡੇਰੇ ਵੱਲੋਂ ਸੰਗਤਾਂ ਲਈ ਸਤਸੰਗ ਹਾਲ, ਗੁਰੂ ਕੇ ਲੰਗਰ ਲਈ ਲੰਗਰ ਘਰ ਉਸਾਰੇ ਗਏ ਹਨ। ਗੁਰੂ ਘਰ ਵੱਲੋਂ ਹੋਰ ਮਹਾਨ ਉਸਾਰੀਆਂ ਦੀ ਕਾਰ ਸੇਵਾ ਪ੍ਰਾਰੰਭ ਹੈ। ਸੰਗਤਾਂ ਵਾਸਤੇ ਰਾਤ ਠਹਿਰਨ ਅਤੇ ਗੁਰੂ ਕੇ ਲੰਗਰਾਂ ਦਾ ਪੂਰਾ ਪ੍ਰਬੰਧ ਹੈ। ਡੇਰੇ ਦੇ ਸੰਚਾਲਕ 108 ਸੰਤ ਮਿੰਦਰਪਾਲ ਜੀ ਅਤੇ 108 ਸੰਤ ਬੀਬੀ ਬਿਮਲਾ ਰਾਣੀ ਜੀ ਬੜੇ ਨਿੱਘੇ ਸੁਭਾਅ ਦੇ ਮਾਲਕ ਹਨ। ਡੇਰੇ ਦੀਆਂ ਸੇਵਾਵਾਂ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਹਨ। 108 ਸੰਤ ਮਿੰਦਰਪਾਲ ਜੀ ਅਤੇ ਬੀਬੀ ਬਿਮਲਾ ਰਾਣੀ ਜੀ ਵਿਦੇਸ਼ਾਂ ਵਿੱਚ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਵਾਸਤੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਆਉਂਦੇ ਜਾਂਦੇ ਰਹਿੰਦੇ ਹਨ। ਇਸ ਦੌਰਾਨ ਡੇਰੇ ਦੀਆਂ ਸੇਵਾਵਾਂ ਸੰਤ ਜਸਵਿੰਦਰਪਾਲ ਜੀ, ਸੰਤ ਮੋਹਨਪਾਲ ਜੀ ਬਾਖੂਬੀ ਨਿਭਾਉਂਦੇ ਹਨ। ਉਹਨਾਂ ਦੇ ਨਾਲ ਡੇਰੇ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਡੇਰੇ ਦਾ ਸੰਪੂਰਨ ਸਹਿਯੋਗ ਦਿੰਦੀਆਂ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਦੇ ਤਪ ਅਸਥਾਨ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਸਰੋਵਰ ਦੇ ਦਰਸ਼ਨਾਂ ਲਈ ਸੰਗਤਾਂ ਹਰ ਰੋਜ਼ ਨਤਮਸਤਕ ਹੁੰਦੀਆਂ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਡੇਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੈ, ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਹੈ। ਆਓ ਡੇਰੇ ਦੇ ਗੱਦੀ ਨਸ਼ੀਨ 108 ਸੰਤ ਮਹਿੰਦਰਪਾਲ ਜੀ ਪਾਸੋਂ ਗੁਰਬਾਣੀ ਸਤਸੰਗ ਸਰਵਣ ਕਰੀਏ ਜੀ। ਬੋਲੇ ਸੋ ਨਰਪੈ ਗੁਰੂ ਰਵਿਦਾਸ ਮਹਾਰਾਜ ਕੀ ਜੈ। ਬੋਲੇ ਸੋ ਨਰਪੈ ਬਾਬਾ ਹੰਸ ਰਾਜ ਮਹਾਰਾਜ ਕੀ ਜੈ। ਆਓ ਬਾਣੀ ਗੁਰੂ ਰਵਿਦਾਸ ਮਰਜੀ ਚਾਰ ਕੀਤੀ ਹੋਈ ਪੜ੍ਹੀਏ। ਤੁਮ ਚੰਦਨ ਅਮ ਰੰਡ ਵਾਪਰੇ, ਤੁਮ ਚੰਦਨ ਹਮ ਰੰਡ ਵਾਪਰੇ, ਸੰਗਤ ਮਾਰੇ ਬਾਸਾ। ਤੁਮ ਚੰਦਨ ਅਮ ਰੰਡ ਵਾਪਰੇ, ਸੰਗਤ ਮਾਰੇ ਵਾਸਾ। ਨੀਚ ਰੁੱਖ ਤੇ ਉੱਚ ਪਏ ਐ ਗੰਧੀ ਸੁਗੰਧ ਨਿਵਾਸਾ। ਮਾਧੋ ਮਾਧੋ ਸਤ ਸੰਗਤ ਸਰਨ ਤੁਮਾਰੀ, ਹਮੀ ਔਗਣ ਤੁਮੇ ਪਰੀ ਉਪਕਾਰੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਅੰਦਰ ਉਚਾਰਨ ਕਰਦੇ ਨੇ, ਹੇ ਪ੍ਰਭੂ ਤੁਮ ਚੰਦਨ ਹਮ ਰੰਡ ਵਾਪਰੇ, ਸੰਗ ਤੁਮਾਰੇ ਵਾਸਾ। ਐਸੇ ਬਾਣੀ ਪੜੀ ਜਾ ਰਹੀ ਹੈ। ਤੁਮ ਮਖਤੂਲ ਸੁਪੈਲ, ਤੁਮ ਮਖਤੂਲ ਸੁਪੈਲ, ਹਮ ਵਾਪਰੇ ਦਸ ਕੀਰਾ। ਸਤ ਸੰਗਤ ਮਿਲ ਰਹੀਏ ਮਾਧੋ, ਜੈਸੇ ਮਦਮ ਕੀਰਾ, ਜਾਤੀ ਹੋਚਾ ਪਾਤੀ ਹੋਚਾ, ਹੋਚਾ ਜਨਮੇ ਹਮਾਰਾ, ਜਾਤੀ ਹੋਚਾ ਪਾਤੀ ਹੋਚਾ, ਹੋਚਾ ਜਨਮੇ ਹਮਾਰਾ। ਰਾਜਾ ਰਾਮ ਕੀ ਸੇਵਨ ਕਿਨੀ, ਕਹਿਰ ਵਿਦਾਸ ਚੁਮਾਰਾ। ਰਾਜਾ ਰਾਮ ਕੀ ਸੇਵਨ ਕਿੰਨੀ,
ਕਹਿ ਰਵਿਦਾਸ ਮਹਾਰਾ। ਸਤਸੰਗਤ, ਸਤਿਗੁਰੂ ਜੀ ਆਪਣੀ ਬਾਣੀ ਅੰਦਰ ਇਹ ਉਪਦੇਸ਼ ਕਰਦੇ ਨੇ, ਸਾਨੂੰ ਸਮਝਾਉਣਾ ਕਰਦੇ ਨੇ, ਹੇ ਪ੍ਰਭੂ ਪਰਮਾਤਮਾ ਤੁਸੀਂ ਇੱਕ ਚੰਦਨ ਦੀ ਨਿਆਈ ਹੋ। ਚੰਦਨ ਇੱਕ ਬਨਸਪਤੀ ਵੀ ਹੈ, ਚੰਦਨ ਦਾ ਦਰਖਤ। ਬੂਟਾ ਛੋਟਾ ਹੁੰਦਾ ਹੈ ਪਰ ਖੁਸ਼ਬੂ ਬੜੀ ਹੁੰਦੀ ਹੈ। ਕਹਿੰਦੇ ਚੰਦਨ ਦਾ ਰੁੱਖ ਜਿਹੜਾ ਜਿੱਥੇ ਹੋਵੇ ਲਾਗੇ ਲਾਗੇ ਸੁਗੰਧੀ ਆਉਂਦੀ ਹੈ, ਤੇ ਪਰਮਾਤਮਾ ਨੂੰ ਕਹਿੰਦੇ ਨੇ ਤੁਸੀਂ ਇੱਕ ਚੰਦਨ ਦੀ ਨਿਆਉ, ਜਿਹੜਾ ਤੁਹਾਡੇ ਨਾਲ ਜੁੜ ਗਿਆ ਹੈ ਉਹਦੇ ਚੋਂ ਵੀ ਸੁਗੰਧੀਆਂ ਆਉਣ ਲੱਗ ਪੈਂਦੀਆਂ, ਉਹਦੇ ਚੋਂ ਵੀ ਵਾਸ਼ਨਾ ਆਉਣ ਲੱਗ ਪੈਂਦੀਆਂ, ਕਾਹਦੀਆਂ? ਤੁਹਾਡੇ ਨਾਮ ਦੀਆਂ। ਸਤਿਗੁਰੂ ਜੀ ਤੁਸੀਂ ਧੰਨ ਹੋ, ਤਾਂ ਕਰਕੇ ਤੁਸੀਂ ਮਕਤੂਲ ਸਪਿਅਲ ਸਪਿਅਲ ਹਮ ਵਾਪਰੇ ਜਸਕੀਰਾ, ਅਸੀਂ ਤੇ ਕੁਛ ਵੀ ਨਹੀਂ ਹੈ ਤੁਹਾਡੇ ਮੋਹਰੇ, ਜੋ ਤੁਸੀਂ ਆਪ ਹੋ। ਸਾਡੀ ਜਾਤੀ ਦੀ ਲੋਕ ਗੱਲ ਕਰਦੇ ਨੇ, ਜਾਤੀ ਹੋਛਾ ਪਾਤੀ ਹੋਛਾ ਹੋਛਾ ਜਨਮ ਮਾਰਾ, ਤੁਮ ਸਰਨਾਗਤ ਰਾਜਾ ਰਾਮ ਚੰਦ ਕਹੇ ਰਵਿਦਾਸ ਚਮਾਰਾ। ਗੁਰੂ ਸਾਹਿਬ ਕਹਿੰਦੇ ਨੇ ਇਹ ਬੰਦਾ ਬਣਿਆ ਚਮ ਦਾ, ਤਾਂ ਚਮਿਆਰ ਕਹਿੰਦੇ ਨੇ। ਜੇ ਕਿਸੇ ਬਣਿਆ ਹੁੰਦਾ ਸੋਨੇ ਦਾ ਤਾਂ ਸੁਨਿਆਰ ਕਹਿੰਦੇ, ਜੇ ਬਣਿਆ ਹੁੰਦਾ ਲੋਹੇ ਦਾ ਤਾਂ ਇਹਨੂੰ ਲੁਹਾਰ ਕਹਿੰਦੇ, ਜੇ ਬਣਿਆ ਹੁੰਦਾ ਇਹ ਮਿੱਟੀ ਦਾ ਇਹਨੂੰ ਮਿੱਟੀ ਕਹਿੰਦੇ, ਇਹਦੇ ਬਣਿਆ ਚਮ ਦਾ ਤਾਂਹੀਓ ਚਮਿਆਰ ਕਹਿੰਦੇ ਨਾ। ਇਹ ਸਾਰੀ ਦੁਨੀਆਂ ਚੰਮਦੀ ਹੈ ਗੁਰਮੁਖ ਪਿਆਰਿਓ, ਤੁਸੀਂ ਜਾਤਾਂ ਪਾਤਾਂ ਦੀ ਗੱਲ ਨਾ ਕਰਿਆ ਕਰੋ। ਸਤਿਗੁਰੂ ਜੀ ਕਹਿੰਦੇ ਨੇ ਮੈਂ ਤੇਰੀ ਸੰਗਤ ਉੱਥੇ ਤਰ੍ਹਾਂ ਜੁੜਿਆ ਰਹਾਂ ਜਿੱਥੇ ਤੇਰੀ ਸੰਗਤ ਦੇ ਵਿੱਚ ਤੇਰਾ ਨਾਮ ਜਪ ਹੋਵੇ, ਜਿੱਥੇ ਤੇਰੀ ਵਡਿਆਈ ਹੋਵੇ। ਸੰਤ ਬਾਬਾ ਹੰਸਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ, ਅੱਜ ਹਰ ਰੋਜ਼ ਸੰਗਤਾਂ ਗੁਰੂ ਦਾ ਜਸ ਕਰਦੀਆਂ ਨੇ, ਗੁਰੂ ਦੀ ਵਡਿਆਈ ਕਰਦੀਆਂ ਨੇ, ਬਾਣੀ ਦਾ ਜਸ ਕਰਦੀਆਂ ਨੇ, ਕਿਉਂਕਿ ਸੰਤਾਂ ਦਾ ਧਰਮ ਇਹ ਹੀ ਹੈ ਉਸ ਪ੍ਰਭੂ ਦੀ ਗੱਲ ਕਰਨੀ, ਪ੍ਰਭੂ ਦੇ ਗੁਣ ਗਾਉਣੇ। ਜਿਸ ਤਰ੍ਹਾਂ ਕਿ ਸਤਿਗੁਰੂ ਜੀ ਕਹਿੰਦੇ ਨੇ ਹੇ ਬੰਦੇ ਤੂੰ ਆਇਆ ਇੱਥੇ ਕੁਛ ਕਰਨ ਵਾਸਤੇ, ਕੁਛ ਲਾਹਾ ਖੱਟਣ ਵਾਸਤੇ, ਤੂੰ ਪਹਿਲਾਂ ਵੀ ਖੱਟਿਆ ਹੋਇਆ ਗੁਆ ਕੇ ਚਲੇ ਗਿਆ। ਕਿਉਂ? 84 ਦਾ ਗੇੜ ਜਿਹੜਾ ਸੀ, 84 ਦੇ ਗੇੜ ਦੇ ਵਿੱਚੋਂ ਤੂੰ ਫਸਿਆ ਹੋਇਆ ਸੀ, ਕਿਤੇ ਤੇਰੇ ਤੇ ਕਿਰਪਾ ਹੋਈ, ਤੇਰੇ ਤੇ ਤਰਸ ਹੋਇਆ। ਜਿਹੜਾ ਮਹਾਰਾਜ ਜੀ ਕਹਿੰਦੇ ਨੇ ਤਰਸ ਪਿਆ ਮਿਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹੈ ਕਿਤੇ ਤਰਸ ਆਇਆ ਮੇਰਾ ਹੋ ਗਈਆਂ, ਤੈਨੂੰ ਮਾਰਸ ਜਾਮਾ ਮਿਲਿਆ, ਇਸ ਮਾਰਸ ਜਾਮੇ ਵਿੱਚ ਆ ਕੇ ਤੂੰ ਸਿਮਰਨ ਕਰਿਆ ਕਰ, ਸੇਵਾ ਕਰਿਆ ਕਰ, ਗੁਰਦੁਆਰਾ ਸਾਹਿਬ ਜਾਇਆ ਕਰ, ਮੰਦਰ ਮਸਜਿਦ ਜਾਇਆ ਕਰ, ਅੱਲਾ ਦੇ ਘਰ ਜਾਇਆ ਕਰ। ਕਿਉਂ? ਉਹ ਇੱਕ ਤਾਂ ਕਿਤੇ ਵੱਜਾ ਨਹੀਂ ਉੱਥੇ, ਉਹ ਤਾਂ ਉੱਥੇ ਆ ਜਹਾਂ ਹਮਾਰੀ ਲਗਨ ਹੈ ਤਹਾਂ ਹਮਾਰਾ ਰਾਮ, ਪਰ ਨਾਲ ਇਹ ਕਿਹਾ ਜ਼ਰੂਰ ਹੈ ਰਾਮ ਰਾਮ ਕਰਤਾ ਸਭ ਜਗ ਪਰੇ, ਰਾਮ ਰਾਮ ਕਰਤਾ ਸਭ ਜਗ ਪਰੇ, ਪਰ ਰਾਮ ਨਾ ਪਾਇਆ ਜਾਏ। ਭਾਈ ਮੁਰਸ਼ਦ ਤੋਂ ਬਗੈਰ ਤੁਸੀਂ ਕੋਈ ਕੰਮ ਨਹੀਂ ਸਿੱਖ ਸਕਦੇ। ਤਾਂ ਰੱਬ ਨੂੰ ਮੰਨਣ ਲਈ ਰੱਬ ਦਾ ਤਰੀਕਾ ਨਾਮ ਬਾਣੀ ਦਾ ਸ਼ਬਦ ਵੀ ਚਾਹੀਦਾ, ਤੁਹਾਨੂੰ ਮੁਰਸ਼ਦ ਗੁਰੂ ਵੀ ਚਾਹੀਦਾ। ਸ਼ਬਦ ਤਾਂ ਪਰਮਾਤਮਾ ਦਾ ਹੈ, ਪਰ ਸੇਧ ਦੇਣ ਵਾਲਾ ਕੋਈ ਨਾ ਕੋਈ ਮਹਾਂਪੁਰਸ਼ ਚਾਹੀਦਾ, ਤਾਂ ਤੁਹਾਡੀ ਗਤੀ ਹੋ ਸਕਦੀ ਹੈ। ਜੈ ਗੁਰਦੇਵ, ਧੰਨ ਗੁਰਦੇਵ। ਤੇਰੋ ਆਰਤੀ ਭਜ
ਭਜਨ ਮੁਰਾਰੇ ਨਾਮ ਤੇ ਆਰਤੀ ਭਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਸਗਲ ਪਸਾਰੇ
ਜਗਲਾਰੇ। ਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਬਰਤਨ ਹੈ ਸਗਲ ਸੰਸਾਰੇ। ਬਰਤਨ ਹੈ ਸਗਲ ਸੰਸਾਰੇ। ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਸਹਿ ਰਵਦਾਸ
नाम है हर पग तुहारे, नाम तेरो आरती मजन मुरारे, हर के नाम बिन झूठे सगल पसारे, मजन मुरारे, हर के नाम बिन झूठे सगल पसारे, नाम तेरो आरती मजन मुरारे, हर के नाम बिन झूठे सगल पसारे, नाम तेरो आरती। Yeah.